ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਅਤੇ ਮਜ਼ੇਦਾਰ ਹੈ। ਰੇਤ ਨਾਲ ਭਰੀ ਹੋਈ ਭਾਰੀ ਬੋਤਲ ਦੇ ਢੱਕਣ ਵਿੱਚ ਇੱਕ ਟੁੱਥਪਿਕ ਨੂੰ ਦਬਾ ਕੇ ਪਾਓ, ਦੋ ਫੋਕਸ ਲਵੋ ਅਤੇ ਉਹਨਾਂ ਨੂੰ ਇੰਟਰਲੌਕ ਕਰੋ। ਹੁਣ ਇੱਕ ਟੁੱਥਪਿਕ ਲਵੋ ਅਤੇ ਉਸਨੂੰ ਫੋਕਸ ਦੇ ਪ੍ਰੋਂਗ ਦੇ ਵਿੱਚ ਫਸਾ ਦਿਓ। ਇਸ ਟੁੱਥਪਿਕ ਦੇ ਅੰਤ ਨੂੰ ਦੂਜੀ ਸਿੱਧੀ ਖੜੀ ਟੁੱਥਪਿਕ ਦੇ ਅੰਤ 'ਤੇ ਰੱਖ ਦਵੋ। ਤੁਸੀਂ ਵੇਖ ਸਕਦੇ ਹੋ ਕਿ ਉਹ ਫੋਕਸ ਹਵਾ ਵਿੱਚ ਤੈਰ ਰਹੇ ਹਨ।